ਅੱਜ ਕਿੱਦਾਂ ਲੱਗਿਆ ਤੁਹਾਨੂੰ ਉਰੇ ਆ ਕੇ? चल हां बच्चे दसो सर आप साडा स्ट्रेस कम करोगी ज्यादा सी कुकिंग कर रहे होंगे साडे दिमाग पे बहुत ज्यादा स्ट्रेस पेंदा तो साडा स्ट्रेस कम करोगी। अच्छा काम रहोगे ਤੁਸੀਂ ਮਤਲਬ? ਹਾਂਜੀ ਹਾਂਜੀ ਇਸ ਤੇ ਥੋੜਾ ਸ਼ਾਂਤੀ ਵਧੀਆ ਵਧੀਆ ਤਾਂ ਫਿਰ ਅਸੀਂ ਕੁਕਿੰਗ ਹੋਰ ਵਧੀਆ ਤਰ੍ਹਾਂ ਨਾਲ ਤੇ ਕਨਸੈਂਟਰੇਟ ਕਰਾਂਗੇ। ਹਾਂਜੀ ਤੁਸੀਂ ਜੁੱਤੋ ਕੀ ਕਹਿੰਦੇ ਸਾਨੂੰ ਥਕਾਵਟ ਹੋਏਗੀ ਇਹ ਚਿੜੀਆ ਦੀ ਆਵਾਜ਼ਾਂ ਨਾਲ ਸਾਡੀ ਸਾਰੀ ਥਕਾਵਟ ਉੱਤਰ ਜਾਏਗੀ। ਤੁਹਾਡੇ ਯਾਰ ਜਵਾਬ ਹੈ ਜਿਹੜੇ ਬੜੇ ਅੱਛੇ ਜਵਾਬ ਨੇ ਪਰ ਨਾ ਜਵਾਬ ਨਹੀਂ ਹੈ ਕਿ ਤੁਹਾਡੇ ਸਕੂਲ ਲੈਂਗੁਏਜ ਵਾਲੇ ਜਵਾਬ ਜੋ ਤੁਸੀਂ ਦਿੱਤੇ ਆ ਬਿਲਕੁਲ ਸਹੀ ਬੋਲਿਆ ਕੁਝ ਗਲਤ ਨਹੀਂ ਬੋਲੇ ਤੁਸੀਂ। ਦੇਖੋ ਆ ਜਿਹੜੀ ਆਵਾਜ਼ਾਂ ਨੇ ਆਪਾਂ ਉਰੇ ਆਏ ਆ ਸਵੇਰੇ ਸਵੇਰੇ ਫਰੈਸ਼ ਆ ਆਪਣਾ ਮਾਈਂਡ ਪੂਰਾ ਆਪਣੇ ਦਿਮਾਗ ਤੇ ਕੋਈ ਵੀ ਇੱਕ ਵੀ ਬੋਝ ਨਹੀਂ ਹੈ ਨਾ। ਯੈਸ ਸਰ ਆਪਾਂ ਕੁਕਿੰਗ ਕਰਨ ਆਏ ਸਿਰਫ ਤੇ ਕੁਕਿੰਗ ਕਰਾਂਗੇ। ਯੈਸ ਸਰ ਦੇਖੋ ਬੱਚੋ ਜਦੋਂ ਆਪਾਂ ਕੁਕਿੰਗ ਕਰਨੀ ਆ ਨਾ ਤਾਂ ਦਿਮਾਗ ਸਿਰਫ ਇੱਕ ਚੀਜ਼ ਚੱਲੇ ਕੁਕਿੰਗ ਹੋਰ ਕੁਝ ਵੀ ਨਹੀਂ। ਸਾਰੀਆਂ ਟੈਨਸ਼ਨਾਂ ਜਿੰਨੀਆਂ ਵੀ ਨੇ ਦਿਮਾਗ 'ਚ ਕੋਈ ਘਰ ਦੀ ਹੁੰਦੀ ਹੈ ਕੋਈ ਪੜ੍ਹਾਈ ਦੀ ਹੁੰਦੀ ਹੈ ਕੋਈ ਖੇਡਣ ਦੀ ਹੁੰਦੀ ਹੈ ਇਹ ਆਪਾਂ ਦਿਮਾਗ 'ਚ ਨਹੀਂ ਰੱਖਣੀਆਂ ਸਿਰਫ ਕੁਕਿੰਗ ਕਰਨੀ ਹੈ। ਤੇ ਹੁਣ ਆਪਾਂ ਸਵੇਰੇ ਆਇਆ ਇਹ ਅੱਜ ਕੁਕਿੰਗ ਨੂੰ ਆਪਾਂ ਐਜ਼ ਅ ਥੈਰੇਪੀ ਮੈਡੀਟੇਸ਼ਨ ਲੈਣਾ ਤੇ ਸਿਰਫ ਕੁਕਿੰਗ ਕਰਨੀ ਹੈ। ਓਕੇ ਬੱਚਿਓ? ਯੈਸ ਸਰ। ਬਹੁਤ ਆਰਾਮ ਨਾਲ ਜੈਂਟਲੀ ਬਿਲਕੁਲ ਹਾਈਪਰ ਨਹੀਂ ਹੋਣਾ ਨਾ ਫਿਰ ਆਪਾਂ ਨੂੰ ਪਸੀਨਾ ਵੀ ਨਹੀਂ ਆਊਗਾ। ਜੇ ਆਪਾਂ ਦਿਮਾਗ ਤੇ ਬੋਝ ਲੈਣੇ ਆ ਆਪਾਂ ਨੂੰ ਤਾਂ ਪਸੀਨਾ ਆਉਂਦਾ। ਅੱਜ ਆਪਾਂ ਬਹੁਤ ਸਿੰਪਲ ਚੀਜ਼ ਬਣਾਣੀ ਆ ਤੁਹਾਡਾ ਜਿਹੜਾ ਇਨਗਰੀਡੀਐਂਟ ਹੈ ਉਹ ਤੁਹਾਨੂੰ ਪਤਾ ਕੀ ਹੈ ਬੱਚਿਓ? ਕਿਸੇ ਨੂੰ ਪਤਾ? ਨੋ ਸਰ। ਕਿਸੇ ਨੂੰ ਵੀ ਨਹੀਂ? ਨੋ ਸਰ। ਸਵੇਰ ਦਾ ਟਾਈਮ ਹੈ ਇਸ ਲਈ ਆਪਾਂ ਬ੍ਰੇਕਫਾਸਟ ਟਾਈਪ ਚੀਜ਼ ਬਣਾਵਾਂਗੇ। ਆਪਾਂ ਐਗਸ ਲੈਣੇ ਆ ਤੁਹਾਨੂੰ ਐਗਸ ਮਿਲਣਗੇ। ਐਗਸ ਦਾ ਕੁਝ ਨਾ ਕੁਝ ਬਣਾਉਣਾ ਦੋ ਟੀਮਾਂ ਬਣਾ ਦੂੰਗਾ ਤੁਸੀਂ ਕੁਝ ਨਾ ਕੁਝ ਬਣਾਉਣਾ। ਓਕੇ ਓਕੇ ਸਰ। ਦੱਸ ਦੂੰਗਾ ਮੈਂ ਕੀ ਬਣਾਉਣਾ। ਨਾਰਮਲ ਚੀਜ਼ਾਂ ਬਣਾਉਣੀਆਂ ਨੇ। ਐਗ ਹੈ ਨਾ ਜਿਹੜਾ ਬੱਚਿਓ ਐਗ ਬਹੁਤ ਤਰੀਕਿਆਂ ਨਾਲ ਬਣ ਸਕਦਾ ਬਹੁਤ ਹੀ ਜ਼ਿਆਦਾ ਪਰ ਅੱਜ ਸਿਰਫ ਆਪਾਂ ਕੋਈ ਨਾਰਮਲ ਦੋ ਚੀਜ਼ਾਂ ਬਣਾਵਾਂਗੇ। ਇੱਕ ਦਿਨ ਫਿਰ ਤੋਂ ਆਪਾਂ ਦੀਵਾਰ ਤੇ ਲਾਵਾਂਗੇ ਤੇ ਆਪਾਂ ਫਿਰ ਐਗਸ ਨੂੰ ਅੱਗੇ ਮੋਡੀਫਾਈ ਕਰ ਕਰਕੇ ਬਣਾਵਾਂਗੇ। ਅੱਜ ਆਪਾਂ ਆ ਜਗ੍ਹਾ ਦਾ ਟੂਰ ਕਰਦੇ ਹਾਂ ਤੇ ਦੇਖਦੇ ਹਾਂ ਕਿੱਥੇ ਆਪਾਂ ਸ਼ੂਟਿੰਗ ਕਰਾਂਗੇ ਆਪਣੀ ਨੈਕਸਟ ਜਿੱਦਾਂ ਵੀ ਆ ਤੇ ਅੱਜ ਜਿਹੜੀ ਕੁਕਿੰਗ ਆ ਅੱਜ ਆਪਾਂ ਕਿਚਨ ਦੇ ਵਿੱਚ ਹੀ ਕਰਾਂਗੇ। ਓਕੇ ਬੱਚੋ? ਯੈਸ ਸਰ। ਪੱਕੀ ਗੱਲ? ਯੈਸ ਸਰ। ਚੱਲੋਗੇ ਮੈਂ ਨਾਲ ਫਿਰ? ਯੈਸ ਸਰ। ਚਲੋ ਚਲੀਏ ਆ ਜਾਓ ਮੈਂ ਆ ਜਾਓ ਆ ਜਾਓ। दिन खराब अपना नहीं कराएंगे अपनी अपनी टीम डिस्कशन करो भी तुसी की बना के खवाओगे मैनू तुहाडे कोले 5 मिंट विच। ओके तैयार हो फिर? यस सर। मैं तुहानू एक्स दूंगा ਤੁਸੀਂ ਅੱਜ ਆਪੇ ਕਲਾਕਾਰੀ ਕਰਨੀ ਹੈ ਆਪਣੀ ਆਪਣੀ ਟੀਮਸ ਕਿਵੇਂ ਕਰੀਏ ਜਿੱਦਾਂ ਕਰੇ ਉਦਾਂ ਹੀ ਕਰਦੀ ਹੈ। ਯੈਸ ਸਰ। ਠੀਕ ਹੈ? ਯੈਸ ਸਰ। ਤੁਸੀਂ ਦੋਨੇ ਤੇ ਤੁਸੀਂ ਦੋਨੇ? ਯੈਸ ਸਰ। ਜ਼ਰੂਰ ਹੈ ਖੁਸ਼ ਹੋ? ਯੈਸ ਸਰ। ਪਿਛਲੀ ਵਾਰ ਵਾਲੀ ਨਾਲ ਉਹਨੇ ਚੇਂਜ ਹੋ ਗਿਆ। ਯੈਸ ਸਰ। ਇਨਵੈਂਟਰੀ ਦੇ ਵਿੱਚ ਪੁੱਤ ਐਗਸ ਪਏ ਆ ਦੇਸੀ ਘਿਓ ਪਿਆ ਮਸਾਲੇ ਪਏ ਆ ਪਿਆਜ਼ ਪਏ ਆ ਬ੍ਰੈਡ ਵੀ ਪਈ ਆ ਮਿਰਚਾਂ ਵੀ ਪਈ ਆ ਤੇ ਬਹੁਤ ਸਾਰੇ ਮਸਾਲੇ ਨੇ ਥੋੜੇ ਨਹੀਂ ਹੈਗੇ। ਤੁਹਾਨੂੰ ਜਿਹੜਾ ਮਸਾਲਾ ਨਾ ਪਤਾ ਲੱਗੇ ਕਿਉਂਕਿ ਕਈ ਮਸਾਲੇ ਨਵੇਂ ਹੋਣਗੇ ਤੁਹਾਡੇ ਲਈ ਤੁਸੀਂ ਕੀ ਕਰਨਾ ਆਣਾ ਮੈਂ ਇੱਥੇ ਹੀ ਹੋਣਾ ਇੱਥੇ ਖੜਾ ਤੁਹਾਨੂੰ ਅਬਜ਼ਰਵ ਕਰ ਰਿਹਾ ਮੈਂ ਅੱਗੇ ਮੈਨੂੰ ਪੁੱਛਣਾ ਵੀ ਇਹ ਮਸਾਲੇ ਦਾ ਕਿੱਦਾਂ ਦਾ ਟੇਸਟ ਆਊਗਾ ਤੁਹਾਨੂੰ ਮੈਂ ਦੱਸ ਦੂੰਗਾ ਇਲੈਬੋਰੇਟ ਕਰ ਦੂੰਗਾ। ਓਕੇ ਬੱਚਿਓ? ਯੈਸ ਸਰ। ਠੀਕ ਹੈ? ਯੈਸ ਸਰ।
फिर मेरे को आके पूछ के तुसी मसाला यूज कर ऐदा अपने वालों ज्यादा मसाले नहीं पड़े क्योंकि कुछ मसाले अजे नवे ने थोड़ा डिले होते मैं देखे इन्वेंटरी ठीक है ना बच्चो हूँ मैंने तुसी ऐ करो पांच मिनट लो डिस्कशन करो जो चंगी तरह विस्प हो जाऊ फिर सारे मसाले पाने पहला गठा बनने के चांस रहने ओके बच्चे तुम भी सुन लो सारे बच्चे एग जब तक पूरा फिल्टर नहीं आता आप कोई मसाला ऐड नहीं करना चंगी तरह सोलना अभी सिख लग थोड़ा फ्रेंच टोस्ट बना लो चंगी तरह आप ग्रीस कर लेना चंगी तरह ओके हम सारा का सारा वाला वापस कर देना सिर्फ ग्रीस करना ऑयल ज्यादा नहीं लाना हम आपे बनाओ कुछ नहीं मैं सारा ए पलट लो
बाकी ब्रेड तुसी बना दियो ते इन्हां नूं चार पीस दे दियो सिर्फ एटो जां तीन जां दो पीस घटो घट दे देवे इन्हां नूं मेरा टोच करना ओके आ बच्चे इहदे च पा लो एक नूं सर बंद कर प्याज तुसी सिर्फ इक्को ही पाया कोई एक साइड दे दो कटे दोनों प्याज पाले भाई एक साइड दे दो बंदे एक साइड तो कटन दे यार तू सिम कर तो बड़ा इधर हो ओनू ओदी जगह यूज कर लंदे तेरे पसले खोले यार अल्ला बच्चे तुहाडे लई प्लेट है इहदे च पा लो अच्छा सुनो तुहाडे लई टीम भी आ देखो अपने कोल ते ग्रिलर पैन भी हैगा बाकी ब्रेड तुसी बना दियो इन्हां नूं चार पीस दे दियो सिर्फ एटो जां तीन जां दो पीस घटो घट दे देवे इन्हां नूं मेरा टोस्ट करना ओके आ बच्चे इहदे च पा लो एक नूं पालो बच्चे अंडा पालो लेट हो जाओगे इस बात का बहुत अच्छे आराम ना पहले हो लेंगे घोले फिर कड़छी च लाई ओदा ठीक कर रहे हो लेंगे एक बार लिया उड़िया तेन एक टकनीक मैं दस लिया दे हूँ ये की करना आपको इन्हू ऐदा हिलाता सारे पास बिचू चले तो घुमा घुमा के देख लिया पुत तुम भी देख रहे हो नाल टीम भी टीम है सारी हूँ ऐदा ऐदा करके आते खुला था आप ठीक है घुमाई चल भी थले चिपकन नहीं जाना कि करी चल करो
ਟਾਈਮ ਹੋ ਗਿਆ ਸਾਈਡ ਤੇ ਕਰ ਦਿਓ ਬੱਚਾ ਟਾਈਮ ਥੋੜਾ ਰਹਿ ਗਿਆ ਤੁਹਾਡੇ ਕੋਲ ਜਸਟ 10 ਮਿੰਟਸ ਰਹਿ ਗਏ ਬੱਚੋ ਬੱਚੋ ਤੁਹਾਡੇ ਕੋਲ ਟਾਈਮ ਰਹਿ ਗਿਆ ਥੋੜਾ ਜਸਟ 10 ਮਿੰਟਸ ਰਹਿ ਗਏ ਕੁਇਕ 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 ਛੇਤੀ ਜਲਦੀ ਕਰ ਟਾਈਮ ਹੋ ਗਿਆ ਆ ਵੀ ਬਸ ਹੋਣ ਨਹੀਂ ਲੱਗਾ ਪੁਰਜੀ ਚੰਗੀ ਤਰ੍ਹਾਂ ਪਕਾ ਲਓ ਫਿਰ ਤੁਸੀਂ ਬ੍ਰੈਡ ਵੀ ਟੋਸਟ ਕਰਨੀ ਹੈ ਬੱਚੇ ਦਾ ਯੈਸ ਸਰ ਬੱਸ ਬੱਸ ਤਾਂ ਕਿਸ਼ਾ ਪਰ ਜਲਦੀ ਕਰ ਫਾਇਦਾ ਸੋਚ ਚੱਲ ਜੀ ਰੈਡੀ ਹੈ ਰੈਡ ਬਿਲਕੁਲ ਰੈਡ ਹੋ ਰਹੇ ਨੇ ਤੇਰਾ ਲਾਦਾ ਨਾ ਜੋਰਜੀ ਮੈਂ ਉਹਨੇ ਹੈਲਪ ਕਰਨ ਲੱਗਿਆ ਇਸ ਟਾਈਮ ਫੁੱਲ ਤੇ ਆ ਇਹ ਹੁਣ ਇੰਨਾ ਕ ਹੈਗਾ ਇਹ ਪੈਨ ਵੀ ਇੱਥੇ ਚਾਰੇ ਰੱਖੇ ਜਾਣਗੇ ਫਿਰ ਆਪਾਂ ਕਿਉਂ ਨਾ ਇੱਕ ਵਾਰ ਤੇ ਚਾਰੇ ਪਕਾ ਲਈਏ ਹੈ ਕਿ ਨਹੀਂ ਬੱਚੇ ਯੈਸ ਸਰ ਆਇਲਿੰਗ ਤਾਂ ਹੋਈ ਹੋਈ ਹੈ ਨਾ ਯੈਸ ਸਰ ਬਸ ਪਰ ਇਹਨੇ ਉਹ ਗ੍ਰਿਲਰ ਦਾ ਕੰਮ ਆ ਇੱਥੇ ਕੋਈ ਭਾਰ ਦੇਣ ਦੀ ਲੋੜ ਨਹੀਂ ਇਹਨੇ ਆਪਣੀਆਂ ਲਾਈਨਾਂ ਬਣਾਈ ਦੇਣੀਆਂ ਨੇ ਓਕੇ ਬੱਚੇ ਬਸ ਇਹਨੇ ਆਪੇ ਕਰ ਦੇਣਾ ਥੋੜੇ ਟਾਈਮ ਤੱਕ ਇੱਧਰ ਚੱਕ ਕੇ ਰੱਖਣਾ ਫਿਰ ਇਹਦਾ ਪਾਸਾ ਪਲਟ ਦੇਣਾ ਓਕੇ ਬੱਚੇ ਹੋਰ ਐ ਲੋ ਆਪਣਾ ਆਪਣਾ ਸਮਾਨ ਪਰ ਫਿਰ ਵੀ ਥੋੜਾ ਹੀ ਆਇਆ ਤਾਂ ਤੋਲੋ ਤੋਲੋ ਗੰਦ ਮਨ ਚੱਕ ਲੋ ਹੁਣ ਆ ਜੁੱਤੇ ਇਹਦੇ ਕੰਨੀ ਧਿਆਨ ਦੇ ਚੱਲ ਹੁਣ ਬੱਚਿਓ ਟਾਈਮ ਰਹਿ ਗਿਆ ਤੁਹਾਡੇ ਕੋਲੇ ਸਿਰਫ 3 ਮਿੰਟ 27 ਮਿੰਟਸ ਹੋ ਚੁੱਕੇ ਨੇ ਛੇਤੀ ਛੇਤੀ ਕਰ ਲਓ ਤੇ ਬੱਚਿਓ ਮੈਨੂੰ ਗੰਦ ਨਾ ਦਿਖੇ ਕਿਤੇ ਵੀ 3 ਮਿੰਟਾਂ ਦੇ ਵਿੱਚ ਗੰਦ ਵੀ ਸਾਫ ਸੁਣ ਰਹੇ ਹੋ ਯੈਸ ਸਰ 3 ਮਿੰਟ ਦਾ 3 ਮਿੰਟਾਂ ਦੇ ਗੰਦ ਵੀ ਸਾਫ ਚਾਹੀਦਾ ਮੈਨੂੰ ਮੇਰੇ ਟੇਬਲ ਤੇ ਵੀ ਬਹੁਤ ਕੁਝ ਪੈ ਕੋਲੇ ਸਾਰੇ ਕੰਮ ਤੇਰੇ ਨੇ ਚੱਕ ਸਾਰਾ ਸਾਰਾ ਤੂੰ ਚੱਕੇਗਾ ਇਹ 3 ਮਿੰਟ ਨੇ 3 ਮਿੰਟ ਤੋਂ ਵੀ ਘੱਟ ਹੈਗਾ ਟਾਈਮ ਤੁਹਾਡੇ ਕੋਲੇ ਭਾਂਡੇ ਵੀ ਮੈਨੂੰ ਵਿੱਚ ਹੀ ਸਾਫ ਚਾਹੀਦੇ ਸਾਰਾ ਕੁਝ ਵਿੱਚ ਸਾਫ ਚਾਹੀਦਾ ਮੈਨੂੰ ਗੰਦਾ ਨਹੀਂ ਕਿਤੇ ਚਾਹੀਦਾ ਤੇ ਮੇਰੇ ਦੇਵਲ ਤੇ 13 12 11 10 9 8 7 6 5 4 3 2 1 ਛੱਡ ਦੋ ਜਮਾ ਛੱਡ ਦੋ ਕਿਸੇ ਨੇ ਹੱਥ ਨਹੀਂ ਲਾਉਣਾ ਮੇਰੇ ਤੇ ਇਹ ਜਿੰਨਾ ਖੜੋਤੀ ਰੱਖ ਦੋ ਜਿਹੜੇ ਕਰਤੀ ਆਰਾਮ ਨਾਲ ਹੌਲੀ ਹੌਲੀ ਬਹੁਤ ਅੱਛੀ ਹੈ ਦੋਨਾਂ ਦਾ ਯੋਗਦਾਨ ਪੂਰਾ ਬ੍ਰੈਡ ਸੇਮ ਇਨਗਰੀਡੀਐਂਟ ਸੀ ਦੋਨਾਂ ਕੋਲ ਸੇਮ ਟੂ ਸੇਮ ਯੈਸ ਸਰ ਕੋਈ ਫਰਕ ਨਹੀਂ ਸੀ ਤਕਰੀਬਨ ਯੂਜ਼ ਵੀ ਦੋਨਾਂ ਨੇ ਸੇਮ ਕੀਤੇ ਮੈਂ ਦੇਖਿਆ ਸੀ ਪਰ ਟੇਸਟ ਅੱਡਾ ਤਾਂ ਹੋਊਗਾ ਉਹਨਾਂ ਫਿਰ ਟੇਸਟ ਕੀਤਾ ਜਾਵੇ ਬੱਚਿਓ ਯੈਸ ਪਹਿਲਾਂ ਕਿਹਦਾ ਕੀਤਾ ਜਾਵੇ ਤੁਹਾਡਾ ਤੁਸੀਂ ਕਿਉਂ ਨਹੀਂ ਬੋਲੇ ਸਾਡਾ ਉਹ ਫਿਰ ਉਹਨਾਂ ਦਾ ਹੀ ਰੋਣਾ ਵਾਹ ਯਾਰ ਬੱਚੇ ਆ ਰਹੀ ਹੈ ਆਵਾਜ਼ ਯੈਸ ਸਰ ਬਹੁਤ ਅੱਛਾ ਕ੍ਰਿਸਪ ਕਰੰਚ ਆਹਾ ਕਿਆ ਬਾਤ ਆ ਵਾਹ ਬਹੁਤ ਅੱਛਾ ਪਰ ਮੈਂ ਬ੍ਰੈਡ ਟੇਸਟ ਕਰੂੰਗਾ ਕਿਉਂਕਿ ਦੇਸੀ ਘਿਓ ਚ ਬ੍ਰੈਡ ਗਰਮ ਹੋਈ ਹੈ ਅੱਛੀ ਤਾਂ ਲੱਗੂਗੀ ਯੈਸ ਸਰ ਬਹੁਤ ਅੱਛੀ ਪਰਫੈਕਟਲੀ ਟੋਸਟਡ ਪੂਰੇ ਨੰਬਰ ਬ੍ਰੈਡ ਵਾਸਤੇ ਪ੍ਰੈਜੈਂਟੇਸ਼ਨ ਵੀ ਅੱਛੀ ਕੀਤੀ ਹੈ ਹੁਣ ਅੱਗੇ ਤਾਂ ਆਪੇ ਕਰਨੇ ਮੈਨੂੰ ਦੱਸਣਾ ਨਾ ਪਹਿਲੇ ਯੈਸ ਸਰ ਤੁਸੀਂ ਵੈਸੇ ਕਰਨੀ ਸੀ ਕਿ ਪ੍ਰੈਜੈਂਟੇਸ਼ਨ ਯੈਸ ਯੈਸ ਸਰ ਹੁਣ ਤਾਂ ਕਹੋਗੇ ਕਿਉਂਕਿ ਤੁਹਾਨੂੰ ਤਾਂ ਮੈਂ ਦੇਖਿਆ ਨਾ ਉਹਨੂੰ ਪਹਿਲਾਂ ਦੇਖ ਲਿਆ ਸੀ ਨਹੀਂ ਕਰਨੀ ਸੀ ਹਵਾ ਵੱਡੀ ਜਾਂਦੀ ਬੈਠ ਹਾਂਜੀ ਸਰ ਯੈਸ ਸਰ ਹੱਥ ਕਰੋ ਕਰੋ ਹੱਥ ਦੱਸੋ ਗਾ ਕਿੱਦਾਂ ਲੱਗੀ ਕਹਿਦੀ ਕਰਦਾ ਕਹਿਦੀ ਇਹ ਸੱਚੀ ਜੀ ਬਹੁਤ ਅੱਛੀ ਹੈ ਵੈਰੀ ਗੁੱਡ ਜੀ ਬਹੁਤ ਅੱਛੀ ਬਣਾਈ ਹੈ ਮੇਰਾ ਅੱਜ ਦਾ ਹੀ ਬ੍ਰੇਕਫਾਸਟ ਹੈ ਵੀ ਬਹੁਤ ਅੱਛਾ ਪਾਣੀ ਲੈ ਕੇ ਚਾਟ ਮਸਾਲਾ ਸਪ੍ਰਿੰਕਲ ਕਰਕੇ ਖਾਣਾ ਹੈ ਪੱਕੀ ਹੈ ਨਾ ਸਪ੍ਰਿੰਕਲ ਕੀਤਾ ਹੋਇਆ ਮਾੜਾ ਥੋੜਾ ਹੋਰ ਕਰ ਜੇ ਤੁਸੀਂ ਦਿੱਤਾ ਹੈ ਥੋੜਾ ਕਰ ਲੈਣੇ ਆ ਆਪਣੇ ਟੇਸਟ ਦੇ ਬਣ ਜਾਣਾ ਖਾਵਾ ਚਲੋ ਭਾਈ ਪਤਾ ਨਹੀਂ ਤੁੱਕਾ ਲਾਇਆ ਕਿ ਕਿਤੇ ਜਾਣ ਨਾਲ ਦੇ ਨਾਲ ਅੱਛਾ ਹੀ ਬਹੁਤ ਲੱਗ ਰਿਹਾ ਕਿੱਦਾਂ ਬਹੁਤ ਟੇਸਟ ਬਹੁਤ ਟੇਸਟ ਠੰਡਾ ਹੋ ਗਿਆ ਹੈ ਸਰ ਇੱਕ ਕਮ ਸਰ ਆ ਪਿਆ ਮੈਂ ਕੋਈ ਨਹੀਂ ਇਹ ਤਾਂ ਮਾਫ ਹੈ ਇਹ ਵਾਲਾ ਜੋ ਥੋੜਾ ਜਿਹਾ ਅੱਗ ਜਾਦੇ ਆ ਸਰ ਉਹ ਇੱਕ ਬੱਤ ਗਈ ਤਾਂ ਫਿਰ ਅਸੀਂ ਇੱਕ ਬ੍ਰੇਕ ਤੇ ਆਉਣਾ
अच्छी गल। दोनों विद्वान ने जी अपने उन चीजें बहुत अच्छे, बहुत ही ज्यादा अच्छे, मजा आ गया। जजमेंट फिर मैं खा के देव, मैं पहले खाना भुख लगी है, चलो मैं खा लगा फिर। कि लग रहा टेस्ट दोनों ने एक दूजे का फूड किया कि लग गया उन्होंने कि पर एक जने का दिल स्वाद, एक टीम डिश ज्यादा स्वाद से। देखो डिशिज दोनों ने अड्ड अड्ड इंग्रीडियंट सेम सी, एग्स ब्रेड मसाले, जस्ट इन्हें प्याज ज्यादा मिर्चा पाइया सिर्फ प्याजा का फर्क, पर टेस्ट कितना फर्क सी दोनों बनाने का मैथड तरीका उधर टेस्ट का फर्क आ जाता। हम जजमेंट की घड़ी आ गई, दसा फिर कि अच्छा से पहली भी दसन लगे ऑफिशियली पहली है, अगे तो मैं सबको इक्वल एप्रीशिएट करता। नो डाउट दोनों का फूड बहुत अच्छा है, पर अंडे वाली भुर्जी बहुत ज्यादा स्वाद सी, थोड़ा बहुत अच्छा सी, बहुत डिलीशियस सी, दोनों का बहुत डिलीशियस, पर एक को दसना ही पैना अच्छा तो अंडे वाली भुर्जी ज्यादा अच्छी। पक्की बना रहे होना टीम है, पक्की आ जाओ टीम, या तो कलम कली होगा या टीम होगा। थोड़े बच्चे सब तो वाला नैगेटिव पॉइंट नमक दियां गठा आई है, मेरे बच्चे नमक दी लाल मिर्च दी कट उन्होंने कोई गठ नहीं, उन्होंने पहला फेंटिया सी, सिर्फ फेंटे च गलती कर दी। नैगेटिव पॉइंट कोई अदा टेस्ट वाइज नहीं, उदा ओवरऑल टेस्ट अच्छा सी, मैनू जो मैं एक बाइट लगती मैं मिर्च की भी गठ है नमक की भी गठ है, ऐसा होना नहीं चाहिए सी। अगे तो ध्यान रखना चीज है, फेंटना ज्यादा अच्छा सी, बाकी बहुत अच्छा सी फ्लेवर, कोई नैगेटिव पॉइंट है ही नहीं वैसे तो, जस्ट मैं एक गठ है दैट्स इट। ये नैगेटिव पॉइंट एक साइड पर है, कोई गल नहीं हो जाता। टेस्ट वाइज बहुत अच्छा सी, बहुत अच्छा सी, पर मैं इन्हों का टेस्ट ही ज्यादा लगे, इन्हों की प्रेजेंटेशन ज्यादा अच्छी, तुम होर अच्छी कर सकते, बहुत अच्छा सी इन्हों का भी थोड़ा सा। बाकी अज तुम जितो कि लग रहा दोनों लग रहा अंदर पूरा लग रहा हम देखते फिर कल कौन जितूगा, कल कौन जितूगा कल दिस सेम मिलूगी दोनों सेम टू सेम कोई फर्क नहीं होगा। ओके कैरी कर ली फिर करिए वीडियो चलो कर दे। जो तुम्हें मेरी वीडियो चंगी लगी तो लाइक कर दियो, कमेंट करो मैं सजेशन, बाकी सब्सक्राइब कर लो मेरा यूट्यूब चैनल बच्चे फिर।